ਕੈਨੇਡਾ ਦੇ ਵਿੱਚ ਜਾ ਕੇ ਇੱਕ ਹੋਰ ਪੰਜਾਬ ਦੀ ਨੂੰ ਮੁੱਕਰ ਗਈ, ਆਪਣਾ ਅਸਲੀ ਰੰਗ ਢੰਗ ਦਿਖਾ ਦਿੱਤਾ। ਮੁੰਡੇ ਦੇ ਪਰਿਵਾਰ ਦੇ ਵੱਲੋਂ 27 ਲੱਖ ਖਰਚੇ ਗਏ ਸੀ। 27 ਲੱਖ ਖਰਚ ਕੇ ਆਪਣੀ ਨੂੰਹ ਨੂੰ ਬਾਹਰ ਭੇਜਿਆ ਸੀ, ਇਸ ਆਸਤੇ ਨਾਲ ਕਿ ਉਹਨਾਂ ਦਾ ਮੁੰਡਾ ਬਾਹਰ ਜਾਵੇਗਾ। ਬਾਹਰ ਤਾਂ ਕੀ ਬੁਲਾਉਣਾ ਸੀ, ਉਲਟਾ ਨੂੰਹ ਦੇ ਵੱਲੋਂ ਆਪਣੇ ਪਤੀ ਦਾ ਨੰਬਰ ਹੀ ਬਲੌਕ ਕੀਤਾ ਗਿਆ। ਨਾਭਾ ਦੇ ਪਿੰਡ ਕਿਸ਼ਨਗੜ੍ਹ ਦਾ ਇਹ ਨੌਜਵਾਨ ਹੈ, ਜਿਸ ਦਾ ਵਿਆਹ 1.5 ਸਾਲ ਪਹਿਲਾਂ ਅਗੇਤੀ ਦੀ ਇੱਕ ਕੁੜੀ ਦੇ ਨਾਲ ਹੋਇਆ ਸੀ। ਮੁੰਡੇ ਦੇ ਪਰਿਵਾਰ ਦੇ ਵੱਲੋਂ 27 ਲੱਖ ਖਰਚੇ ਗਏ, ਜਿਸ ਤੋਂ ਬਾਅਦ ਕੁੜੀ ਕੈਨੇਡਾ ਗਈ। ਕੈਨੇਡਾ ਜਾ ਕੇ ਆਪਣੇ ਪਤੀ ਨੂੰ ਇੱਕ ਵਾਰ ਵੀ ਇਸਨੇ ਫੋਨ ਨਹੀਂ ਕੀਤਾ, ਤਾਂ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੁੜੀ ਦੇ ਪਰਿਵਾਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਕੁੜੀ ਦੀ ਆਈਲੈਟਸ ਕੀਤੀ ਹੋਈ ਸੀ, ਤਾਂ ਮੁੰਡੇ ਦੇ ਪਰਿਵਾਰ ਦੇ ਵੱਲੋਂ ਪੈਸੇ ਖਰਚੇ ਗਏ। ਇੱਕ ਤਰੀਕੇ ਨਾਲ ਵਿਆਹ ਤੋਂ ਪਹਿਲਾਂ ਸਮਝੌਤਾ ਹੋਇਆ, ਕੁੜੀ 'ਤੇ 27 ਲੱਖ ਖਰਚ ਕੇ ਉਸਨੂੰ ਕੈਨੇਡਾ ਭੇਜਿਆ ਗਿਆ। ਕੈਨੇਡਾ ਦੇ ਵਿੱਚ ਜਾਣ ਤੋਂ ਬਾਅਦ ਕੁੜੀ ਮੁੱਕਰ ਗਈ, ਉਸਨੇ ਆਪਣੇ ਪਤੀ ਨੂੰ ਇੱਕ ਵਾਰ ਵੀ ਫੋਨ ਨਹੀਂ ਕੀਤਾ, ਤਾਂ ਪੀੜਤ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਗਈ ਹੈ। ਸਾਡਾ ਕੋਈ ਦੇਣ ਲੈਣ ਨਹੀਂ ਸੀ ਹੋਇਆ, ਨਾ ਅਸੀਂ ਕੋਈ ਸਾਡੀ ਮੰਗ ਸੀ, ਅਤੇ ਇਹਨੇ ਕੁੜੀ ਨੇ ਐਲਰਟਸ ਕੀਤੀ ਹੋਈ ਸੀ, ਇਹ ਕਹਿੰਦੇ ਵੀ ਸਾਡੀ ਕੁੜੀ ਦੀ ਐਲਰਟਸ ਕੀਤੀ ਹੋਈ ਹੈ, ਅਤੇ ਮੈਂ ਵੀ ਚਲੋ ਕੋਈ ਗੱਲ ਨਹੀਂ ਵੀ ਮੇਰਾ ਵੀ ਬੇਟਾ ਹੈਗਾ, ਅਤੇ ਜੇ ਕੁੜੀ ਨੇ ਐਲਰਟਸ ਕੀਤੀ ਹੋਈ ਹੈ ਚਲੋ ਆਪਾਂ ਕੁੜੀ ਨੂੰ ਬਾਹਰ ਭੇਜ ਦਿੰਦੇ ਅਤੇ ਬੇਟਾ ਵੀ ਆਪਣਾ ਬਾਹਰ ਚੱਲ ਜਾਏਗਾ, ਅਤੇ ਜਾ ਕੇ ਦੋਵੇਂ ਆਪਣੀ ਵਧੀਆ ਜ਼ਿੰਦਗੀ ਆਪਣੀ ਬਤੀਤ ਕਰਨਗੇ, ਆਪਣਾ ਕੈਰੀਅਰ ਬਣਾਉਣਗੇ। ਹਾਂ, ਅਤੇ ਇਹਨਾਂ ਨੇ ਉੱਥੇ ਜਾ ਕੇ ਕੁੜੀ ਨੇ ਫਰੋਡ ਕਰਤਾ, ਇੱਕ ਵਾਰੀ ਵੀ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ। ਮੇਨ ਗੱਲ ਤਾਂ ਇਹ ਹੈਗੀ, ਸਿੱਖੀ ਰੀਤੀ ਰਿਵਾਜ਼ਾਂ ਦੇ ਮੁਤਾਬਕ ਇਹਨਾਂ ਦਾ ਵਿਆਹ ਹੋਇਆ, ਸਾਰਾ ਖਰਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਮੈਂ ਆਪ ਕੀਤਾ। ਤੁਹਾਡਾ ਕਿੰਨਾ ਪੈਸਾ ਲੱਗਿਆ ਬਾਹਰ ਭੇਜਣ 'ਤੇ ਲੜਕੇ ਨੂੰ? ਤਕਰੀਬਨ 27 ਲੱਖ ਦੇ ਗੇੜ 'ਚ ਮੇਰਾ ਖਰਚਾ ਹੋ ਗਿਆ, ਅਤੇ 21,67,000 ਦਾ ਮੈਂ ਲੋਨ ਕਰਾਇਆ। ਜਿਹੜਾ ਸਟੱਡੀ ਲੋਨ ਸੀ ਉਹ ਕੁੜੀ ਦਾ ਗਰੰਟਡ, ਅਸੀਂ 3 ਆ, ਮੈਂ ਅਤੇ ਮੇਰਾ ਬੇਟਾ ਅਤੇ ਮੇਰੀ ਮਿਸਿਜ ਅਮਨਪ੍ਰੀਤ ਕੌਰ ਅਤੇ ਗੁਰਜਿੰਦਰ ਸਿੰਘ, ਦੋਨੋਂ ਰਿਲੇਸ਼ਨ 'ਚ ਰਹੇ, ਉੱਧਰ ਉੱਧਰ ਹੀ ਘੁੰਮਦੇ ਰਹੇ। ਪਰ ਬਟ ਗੱਲ ਇਹ ਹੈਗੀ ਵੀ ਇਹ ਕੁੜੀ ਕਿਸ਼ਨਗੜ੍ਹ ਨਹੀਂ ਆਈ, ਘਰ ਨਹੀਂ ਆਈ ਹੈਗੀ। ਜੋ ਸ਼ੱਕ ਪਿਆ, ਕੋਈ ਸ਼ੱਕ ਇਹਨਾਂ 'ਤੇ ਪਿਆ, ਸ਼ੱਕ ਪਿਆ, ਫਿਰ ਮੈਂ ਐਗਰੀਮੈਂਟ ਕੀਤਾ। ਫਿਰ ਜਿਹੜੀ ਦੀ ਕੁੜੀ ਦੀ ਦਾਦੀ ਸੀ, ਦਾਦੀ ਕਹਿੰਦੀ ਵੀ ਮੈਂ ਐਗਰੀ ਹਾਂ ਵੀ ਇਹਨੂੰ ਤੁਸੀਂ ਕੁੜੀ ਨੂੰ ਲੈ ਜਾਓ, ਅਤੇ ਜਿਹੜੀ ਕੁੜੀ ਦੀ ਮਾਂ ਸੀ ਉਹ ਕਹਿੰਦੀ ਨਹੀਂ ਵੀ ਜਿਹੜਾ ਇਹਦਾ ਹੈਗਾ ਸਿਸਟਮ, ਉੱਥੇ ਇਹਦੇ ਬਾਪ ਦੀ ਡੈਥ ਹੋਣ ਕਰਕੇ ਜਿਹੜਾ ਇਹਦਾ ਜ਼ਮੀਨ ਜਾਇਦਾਦ ਹੈਗੀ ਸੀ ਇਹਦੀ ਦਾਦੀ ਦੇ ਨਾਂ 'ਤੇ, ਦੀ ਕਹਿੰਦੀ ਮੈਂ ਖਰਚੇ ਕਰਾਊਂਗੀ। ਮੈਂ ਵੀ ਇਸ ਤੱਕ ਇੱਕ ਰੁਪਈਆ ਵੀ ਨਹੀਂ ਲੈਣਾ ਹੈਗਾ, ਇਹਨੂੰ 2.5 ਕਿੱਲੇ ਜ਼ਮੀਨ 'ਤੇ ਵੀ ਆਉਂਦੇ ਸੀ, ਅਸੀਂ ਨੇ ਜ਼ਮੀਨ ਲੈਣ ਤੋਂ ਵੀ ਇਨਕਾਰ ਕਰਤਾ ਵੀ ਮੈਂ ਤਾਂ ਕੱਢਲੀ ਵੀ ਨਹੀਂ ਲੈਣੀ ਹੈਗੀ ਜ਼ਮੀਨ ਦੀ, ਵੀ ਜਿਹਨੇ ਧੀ ਦੇ ਤੀ ਉਹਨੇ ਰੱਖਿਆ ਕੀ, ਅਤੇ ਵੀ ਆਪਦੀ ਜ਼ਮੀਨ ਦਾ ਤੁਸੀਂ ਆਪ ਐਡਜਸਟਮੈਂਟ ਕਰੋ, ਵੀ ਮੈਂ ਨਹੀਂ ਇਹ ਚੀਜ਼ ਦੇ ਨਾਲ ਐਗਰੀ ਹੈਗਾ। ਅਤੇ ਇਹ ਕਹਿੰਦੇ ਵੀ ਨਹੀਂ, ਚੱਲ ਕੋਈ ਗੱਲ ਨਹੀਂ ਵੀ ਤੁਸੀਂ ਕੁੜੀ ਨੂੰ ਕੈਨੇਡਾ ਜਾਣ ਦਿਓ, ਵੀ ਤਾਂ ਕੁੜੀ ਗੁਰਜਿੰਦਰ ਸਿੰਘ ਨੂੰ ਉੱਥੇ ਬੁਲਾ ਲਏਗੀ, ਉੱਥੋਂ ਪੀ ਆਰ ਹੋਣ ਤੋਂ ਬਾਅਦ ਇੱਥੇ ਕਿਸ਼ਨਗੜ੍ਹ ਆਉਣਗੇ। ਮੈਂ ਚਲੋ ਕੋਈ ਗੱਲ ਨਹੀਂ, ਅਸੀਂ ਨਾਲ ਸਹਿਮਤ ਹੋ ਗਏ ਚੀਜ਼ ਦੇ, ਅਤੇ ਸਾਰੇ ਖਰਚੇ ਪੱਤੇ ਤਕਰੀਬਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਪੱਤਾ ਖੁਦ ਮੈਂ ਆਪ ਕੀਤਾ। ਟੋਟਲ ਕਿੰਨਾ ਸੀਗਾ ਅਤੇ ਕੀ ਕੁਛ ਹੋਇਆ ਇਹਦਾ? ਟੋਟਲ ਸਾਰਾ ਖਰਚਾ ਜੀ ਆਪਾਂ ਲਾਉਂਦੇ ਹੈਗਾ 27,67,000 ਰੁਪਇਆ ਖਰਚਾ ਆਇਆ ਜੀ, ਜਿਹਦੇ ਵਿੱਚੋਂ 50,000 ਰੁਪਇਆ ਇਹਨਾਂ ਦਾ ਮੇਰੇ ਲਵੇ ਆਇਆ। ਮੈਂ ਇਹਨਾਂ ਦਾ 50,000 ਰੁਪਇਆ ਕੱਟ ਕੇ 17,000 ਰੁਪਇਆ ਮੈਂ ਹੋਰ ਕੱਟਤਾ, ਤਕਰੀਬਨ 27,00,000 ਰੁਪਇਆ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ 27,00,000 ਰੁਪਇਆ ਮੇਰਾ ਖਰਚਾ ਆ ਗਿਆ ਜੀ। ਤੁਸੀਂ ਲੜਕੇ ਪਰਿਵਾਰ ਵਾਲਿਆਂ ਨਾਲ ਨਹੀਂ ਗੱਲ ਕੀਤੀ ਵੀ ਜਿਹੜਾ ਹੈਗਾ ਫੋਨ ਵੀ ਨਹੀਂ ਕਰ ਰਹੀ ਜਾਂ ਤੁਹਾਨੂੰ ਵੀ ਫੋਨ ਕਰ ਰਹੇ? ਉਹ ਕੀ ਕਿਹਾ ਜੀ, ਉਹ ਕਹਿੰਦੇ ਵੀ ਕੁੜੀ ਫੋਨ ਕਰੇਗੀ, ਇੱਕ ਵਾਰੀ ਵੀ ਕੁੜੀ ਨੇ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ। ਕਿੰਨੇ ਸਾਲ ਹੋ ਗਏ ਹੁਣ? ਉਹ ਗਈ ਆ ਜੀ 2 ਜਨਵਰੀ 23 ਦੀ ਗਈ ਹੋਈ ਆ ਜੀ, ਅਤੇ ਤਕਰੀਬਨ 1 ਸਾਲ 6 ਮਹੀਨੇ ਹੋ ਗਏ ਜੀ ਗਈ ਨੂੰ।
ਹਾਂ ਡੇਢ ਸਾਲ ਦਾ ਤਕਰੀਬਨ ਗੇੜ ਹੋ ਗਿਆ ਜੀ। ਆਪਣੇ ਪੇਕਿਆਂ ਨਾਲ ਤਾਂ ਗੱਲ ਕਰਦੀ ਹੋਊ? ਆਪਦੇ ਪੇਕਿਆਂ ਦੇ ਨੈਟਵਰਕ 'ਚ ਹੈਗੀ ਹੈ। ਚਲੋ ਅਸੀਂ ਜੀ ਕਹਿੰਦੇ ਰਹੇ ਵੀ ਤੁਸੀਂ ਕੁੜੀ ਕਾਗਜ਼ ਪੱਤਰ ਭੇਜੇ ਸੀ ਆਪਣੇ ਬੇਟੇ ਦੀ ਫਾਈਲ ਲਾਈਏ, ਅਤੇ ਕੁੜੀ ਕਾਗਜ਼ ਪੱਤਰ ਭੇਜਦੀ ਰਹੀ ਆਪਦੀ ਮਾਂ ਨੂੰ, ਉਹਨੇ ਵਟਸਐਪ 'ਤੇ ਭੇਜਦੀ ਰਹੀ। ਉਹਦੀ ਮਾਂ ਜਦੋਂ ਸਾਨੂੰ ਪ੍ਰੋਵਾਈਡ ਕਰਾਉਂਦੀ ਸੀ ਕਾਗਜ਼ ਪੱਤਰ, ਉਹਨਾਂ ਦੀ ਡੇਟ ਲੰਘ ਚੁੱਕੀ ਹੁੰਦੀ ਸੀ। ਉਹਨਾਂ ਨੇ ਹਾਂਜੀ ਕਿੰਨੇ ਵਾਰੀ ਭੇਜੇ? ਇਸ ਤਰ੍ਹਾਂ ਕਿੰਨੇ ਵਾਰੀ ਉਹਨੇ? ਇੱਕ ਵਾਰੀ ਭੇਜੀ ਸੀ। ਇਹਨੇ ਸਾਨੂੰ ਤਕਰੀਬਨ 3-4 ਗੇਲ 'ਚ ਦਿੱਤੇ ਹੋਏ ਡਾਕੂਮੈਂਟ। ਪਹਿਲਾਂ ਇਹਨਾਂ ਨੇ ਕਾਗਜ਼ ਦੂਜੇ ਰੋਡ ਮੋਬਾਈਲ ਦੀਆਂ ਫੋਟੋਆਂ ਖਿੱਚ ਕੇ ਭੇਜਤੇ, ਅਤੇ ਏਜੰਟ ਕਹਿੰਦਾ ਵੀ ਇੱਦਾਂ ਨਹੀਂ ਚੱਲਦੇ ਹੈਗੇ ਵੀ ਇਹਨਾਂ ਨੂੰ PDF ਮੰਗਾ ਕੇ ਮੰਗਾਓ ਤੁਸੀਂ। ਚਲੋ PDF SHO ਪਾਸ ਹੁੰਦੇ ਅਤੇ ਕਹਿਣ 'ਤੇ ਇਹਨਾਂ ਨੇ ਕੁਛ ਡਾਕੂਮੈਂਟ PDF ਮੰਗਾ ਕੇ ਦਿੱਤੇ ਸਾਨੂੰ, ਅਤੇ ਜਿਹੜਾ ਕਾਲਜ ਦਾ ਲੈਟਰ ਸੀ ਉਹ ਨਹੀਂ ਸਾਨੂੰ ਦਿੱਤਾ ਹੈਗਾ, ਜਿਹੜੀ ਬੈਂਕ ਸਟੇਟਮੈਂਟ ਦੀ ਉਹ ਨਹੀਂ ਇਹਨਾਂ ਨੇ ਸਾਨੂੰ ਲੇਟੈਸਟ ਦਿੱਤੀ ਹੈਗੀ, ਅਤੇ ਕੁੜੀ ਜਿੱਥੇ ਰਹਿੰਦੀ ਸੀ ਉਹਦੇ ਸਾਨੂੰ ਕੋਈ ਇਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਵੀ ਕੁੜੀ ਆਹ ਜਗ੍ਹਾ 'ਤੇ ਇੱਥੇ ਰਹਿ ਰਹੀ ਹੈ, ਉਹ ਰੂਮ 'ਤੇ ਰੈਂਟ 'ਤੇ ਰਹਿ ਰਹੀ ਹੈ। ਅਤੇ ਜਦੋਂ ਫਾਈਲ ਅਪਲਾਈ ਕਰਨੀ ਤੀ ਸਾਰਾ ਚੀਜ਼ਾਂ ਮੈਨਸ਼ਨ ਹੋਣੀਆਂ ਸੀ ਵਿੱਚ, ਅਤੇ ਇਹ ਚੀਜ਼ਾਂ ਸਾਨੂੰ ਪ੍ਰੋਵਾਈਡ ਨਹੀਂ ਕਰਾਈਆਂ। ਅਤੇ ਨੰਬਰ 2 'ਤੇ ਜਿਹੜੀ ਉੱਥੇ ਕੁੜੀ ਜੋਬ ਕਰਦੀ ਹੈ, ਏਜੰਟ ਨੇ ਕਿਹਾ ਸੀ ਵੀ ਜੋਬ ਲੈਟਰ ਵੀ ਚਾਹੀਦਾ ਆਪਾਂ ਨੂੰ ਵੀ ਕਿੱਥੇ ਕੰਮ ਕਰਦੀ ਆ, ਉਹ ਸਾਨੂੰ ਜੋਬ ਲੈਟਰ ਵੀ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਹੈਗਾ। ਜੇ ਅਸੀਂ ਨੇ ਕੁੜੀ ਦੀ ਮਾਂ ਤੱਕ ਪਹੁੰਚ ਕੀਤੀ ਬੱਚ ਬੰਦੇ ਪਾ ਕੇ, ਅਤੇ ਉਹ ਕਹਿੰਦੀ ਹੈ ਵੀ ਨਾ ਅਸੀਂ ਤੁਹਾਨੂੰ ਅਸੀਂ ਜੋਬ ਲੈਟਰ ਦਈਏ, ਨਾ ਅਸੀਂ ਕੁੜੀ ਨੂੰ ਇਹ ਦੱਸੀਏ ਵੀ ਰਹਿ ਕਿੱਥੇ ਰਹੀ ਹੈ, ਅਤੇ ਉਹਨੇ ਟਾਲ ਮਟੋਲੇ ਸਾਨੂੰ ਕਰਦੀ ਰਹੀ ਹੈ ਜੀ। ਹਾਂ, ਅਤੇ ਮੈਂ ਦਰਖਾਸਤ ਦਿੱਤੀ ਜੀ ਮਾਨਯੋਗ SSP ਸਾਹਿਬ ਦੇ, ਉਹਨਾਂ ਨੇ ਦਰਖਾਸਤ ਮਾਰਕ ਕੀਤੀ SP ਹੈੱਡਕੁਆਟਰ ਨੂੰ ਜੀ, ਮੈਡਮ ਹਰਵੰਤ ਕੌਰ ਨੂੰ। ਮੈਡਮ ਹਰਵੰਤ ਕੌਰ ਨੇ ਸੁਣਵਾਈ ਕੀਤੀ, ਉਹਨਾਂ ਨੂੰ ਕਿਹਾ ਵੀ ਤੁਸੀਂ ਆਵੇਦਨ ਦੇ ਡਾਕੂਮੈਂਟ ਮੰਗਾ ਕੇ ਦਿਓ, ਇਹਨਾਂ ਦੀ ਪੇਮੈਂਟ ਦਿਓ ਵੀ ਤੁਸੀਂ ਇਹਨਾਂ ਨਾਲ ਫਰੋਡ ਕਰ ਰਹੇ ਹੋ। ਅਤੇ ਉਹਨਾਂ ਨਾਲ ਵੀ ਟਾਲ ਮਟੋਲ ਕਰਦੇ ਰਹੇ। ਫਿਰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਜਿਹੜੀ ਸਾਡੀ ਸੁਣਵਾਈ ਹੈ ਕਿਸੇ ਹੋਰ ਅਫਸਰ ਤੋਂ ਕਰਾਈ ਜਾਵੇ। ਜਸਪਾਲ ਕੌਰ ਨੇ ਐਪਲੀਕੇਸ਼ਨ ਦਿੱਤੀ ਜੀ। ਚਲੋ ਉਹ ਸਾਹਮਣੇ ਉਹਨਾਂ ਦੀ ਮਨਜ਼ੂਰ ਕਰਕੇ ਜਿਹੜੀ ਸਾਡੀ ਦਰਖਾਸਤ ਸੀ, ਅਤੇ ਸਪੈਸ਼ਲ ਬ੍ਰਾਂਚ ਕ੍ਰਾਈਮ ਸਪੈਸ਼ਲ ਬ੍ਰਾਂਚ SP ਜਸਵੀਰ ਸਿੰਘ ਜੀ ਦੇ ਸਾਡੀ ਚਲੀ ਗਈ ਜੀ। ਉਹਨਾਂ ਨੇ ਸੁਣਵਾਈ ਕੀਤੀ, ਬਹੁਤ ਵਧੀਆ ਅਫਸਰ ਨੇ। ਅਤੇ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਵੀ ਤੁਸੀਂ ਇਹਨਾਂ ਨਾਲ ਧੋਖਾਧੜੀ ਕਰ ਰਹੇ ਹੋ, ਵੀ ਤੁਹਾਡੀ ਕੁੜੀ 'ਤੇ ਵੀ ਪਰਚਾ ਹੋਊਗਾ ਨਹੀਂ, ਵੀ ਤੁਸੀਂ ਇਹਨਾਂ ਦੇ ਕਾਗਜ਼ ਪੱਤਰ ਮੰਗਾ ਕੇ ਦਿਓ, ਨਹੀਂ ਇਹਨਾਂ ਨਾਲ ਨਿਬੜੋ ਤੁਸੀਂ ਬਹਿ ਕੇ। ਤਕਰੀਬਨ ਘੱਟੋ ਘੱਟ 20-25 ਦੇ ਮੀਟਿੰਗਾਂ ਹੋਈਆਂ ਘੱਟੋ ਘੱਟ ਜੀ ਸਾਡੀਆਂ। ਅਤੇ ਲਾ ਲਓ ਤੁਸੀਂ 19/5/2023 ਦੀ ਮੇਰੀ ਦਰਖਾਸਤ ਦਿੱਤੀ ਹੋਈ ਆ ਜੀ, ਜਿਹੜੀ ਦਾ ਜਾ ਕੇ ਨਿਪਟਾਰਾ ਹੁਣ ਹੋਇਆ ਜੀ। ਇਸੇ ਕਰਕੇ ਅਸੀਂ ਦਰਖਾਸਤ ਨੂੰ ਲੰਬਾ ਪਾਉਂਦੇ ਜਾਈਏ ਵੀ ਸਾਡਾ ਨਿਬੜ ਜਾਵੇ, ਸਾਡਾ ਬੇਟਾ ਬਾਹਰ ਵਗ ਜਾਵੇ, ਵੀ ਅਸੀਂ ਇਹ ਕੰਮਾਂ ਦੇ ਵਿੱਚ ਨਾ ਪਈਏ। ਹੁਣ ਪਰਚਾ ਖਿਲਾਫ਼ ਦਰਜ ਹੋਇਆ ਹੈਗਾ ਜੀ ਜਸਪਾਲ ਕੌਰ ਦੇ, ਅਤੇ ਉਹਨਾਂ ਦੇ ਪਤੀ ਦਰਬਾਰਾ ਸਿੰਘ ਦੇ, ਅਤੇ ਬਾਕੀ ਇਨਕੁਆਰੀ ਮੁਤਾਬਕ ਜੋ ਤਫਤੀਸ਼ ਚੱਲ ਰਹੀ ਹੈ ਜਿਹੜੇ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਦੇ ਨਾਮ ਵਿੱਚ ਮੈਨਸ਼ਨ ਕੀਤਾ। ਬਿਲਕੁਲ ਬਿਲਕੁਲ ਜੀ, ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਜੀ ਵੀ ਸਾਡਾ ਧੀ ਪੁੱਤ ਸੈੱਟ ਹੋਵੇ ਜੀ। ਮੇਰੇ ਬੱਚੇ ਦਾ ਵੀ ਸੁਪਨਾ ਸੀ ਮੈਂ ਬਾਹਰ ਜਾ ਕੇ ਆਪਣਾ ਸੈੱਟ ਲਵਾਂ ਜੀ, ਉਹਦਾ ਵੀ ਕੁੜੀ ਦਾ ਵੀ ਸੁਪਨਾ ਸੀ। ਕੁੜੀ ਨੂੰ ਜੇ ਖਰਾਬ ਕੀਤਾ ਹੈਗਾ ਤਾਂ ਉਹਦੀ ਮਾਂ ਨੇ ਜਸਪਾਲ ਕੌਰ ਨੇ ਖਰਾਬ ਕੀਤਾ ਜੀ। ਕੁੜੀ ਆਪਦੀ ਮਾਂ ਦੇ ਕਹਿਣੇ 'ਚ ਦੀ, ਜੇ ਕੁੜੀ ਸਮੇਂ ਮੁਤਾਬਕ ਆਪਣੇ ਕਾਗਜ਼ ਪੱਤਰ ਭੇਜ ਦਿੰਦੀ ਤਾਂ ਸਾਨੂੰ ਇਹ ਕਾਰਵਾਈਆਂ ਅਤੇ ਅੱਜ ਦਾ ਜਿਹੜਾ ਸਮਾਂ ਅਸੀਂ ਦੇਖ ਰਹੇ ਹਾਂ ਇਹ ਸਾਨੂੰ ਨਾ ਦੇਖਣਾ ਪੈਂਦਾ, ਕਿਉਂਕਿ ਕੱਲ੍ਹ ਨੂੰ ਕਿਸੇ ਹੋਰ 'ਤੇ ਨਾ ਇੱਦਾਂ ਦਾ ਹੋਵੇ, ਅੱਜ ਸਾਡੇ ਨਾਲ ਹੋਇਆ ਕੱਲ੍ਹ ਨੂੰ ਕਿਸੇ ਹੋਰ ਭੈਣ ਭਾਈ ਨਾਲ ਨਾ ਹੋਵੇ। ਤੁਹਾਡੇ ਬੇਟੇ ਨੂੰ ਹੁਣ ਕੀ ਪ੍ਰੋਬਲਮ ਆ ਗਈ ਵਿਆਹ ਤੋਂ ਬਾਅਦ? ਬੇਟੇ ਨੂੰ ਡਿਪਰੈਸ਼ਨ 'ਚ ਰਹਿਣ ਕਰਕੇ ਜੀ ਇਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਜੀ। ਪਹਿਲਾਂ ਜੀ ਇੱਥੇ ਡਾਕਟਰ ਬਾਲਾ ਜੀ ਦੇ ਭਰਤੀ ਰੱਖਿਆ ਜੀ, ਇੱਕ ਦਿਨ 'ਤੇ ਕਰਾ ਦਿੱਤੇ ਭਰਤੀ ਰਿਹਾ, ਅਤੇ ਉਸ ਤੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਰੈਫਰ ਕਰਤਾ ਜੀ, ਚੰਡੀਗੜ੍ਹ PGI 'ਤੇ ਉਹਦਾ ਇਲਾਜ ਚੱਲ ਰਿਹਾ ਜੀ। ਟੈਂਸ਼ਨ ਕਰਕੇ ਡਿਪਰੈਸ਼ਨ ਕਰਕੇ ਡਾਕਟਰ ਕਹਿੰਦੇ ਵੀ ਇਹਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ, ਇਸ ਤਰ੍ਹਾਂ ਦੀ ਡਿਪਰੈਸ਼ਨ ਕਰਕੇ ਇਹਨੂੰ ਇਹ ਚੀਜ਼ ਦੀ ਪ੍ਰੋਬਲਮ ਆਈ ਹੈ। ਇੱਕ ਤਾਂ ਵੀ ਮੇਰੇ ਪੈਸੇ ਲੱਗਣ ਕਰਕੇ, ਨੰਬਰ 2 'ਤੇ ਵੀ ਮੇਰੇ ਨਾਲ ਨੰਬਰ ਬਲੌਕ ਚਬਾਉਣ ਕਰਕੇ ਡਿਪਰੈਸ਼ਨ ਚਲਿਆ ਗਿਆ।
ਮਤਲਬ ਇਹ ਕਹਿੰਦੇ ਵੀ ਅਸੀਂ ਅਮਨਪ੍ਰੀਤ ਕੌਰ ਨੂੰ ਬਾਹਰ ਭੇਜੇ ਸੀ, ਸਾਰਾ ਖਰਚਾ ਅਸੀਂ ਨਹੀਂ ਕਰੇ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਫਰੋਡ ਕਰ ਗਈ ਨਾ, ਅਗਲੇ ਡੇਢ ਸਾਲ ਹੋ ਗਏ ਕਿ ਨਾ ਤੱਕ ਉਹਨੇ ਫੋਨ ਫਾਨ ਕਰੇ, ਮੈਂ ਇਨਸਾਫ਼ ਮੰਗਦੇ, ਮੈਨੂੰ ਇਨਸਾਫ਼ ਮਿਲੇ ਜੀ, ਸਾਡੇ ਪੈਸੇ ਪੂਰੇ ਮਿਲੇ। ਮਾਨਯੋਗ ਸੀਨੀਅਰ ਅਫਸਰਾਂ ਨੂੰ ਪਾਸ ਦਿੱਤੀ, ਉੱਥੇ ਇਸ ਦਰਖਾਸਤ ਦੀ ਪੜਤਾਲ ਹੋਈ, ਪੜਤਾਲ ਹੋਣ ਉਪਰੰਤ ਇਹ ਮਾਮਲਾ ਧੋਖਾਧੜੀ ਦਾ ਹੋਣ ਕਰਕੇ ਸਾਡੇ ਪਾਸ ਮੁਕੱਦਮਾ ਦਰਜ ਹੋਇਆ। ਇੱਕ ਲੜਕੀ ਜਿਹੜੀ ਅਮਨਪ੍ਰੀਤ ਕੌਰ ਹੈ ਜੀ, ਉਹ ਬਾਹਰ ਗਈ ਹੈਗੀ, ਉਹਦੇ ਮਾਤਾ ਪਿਤਾ ਦੀ ਪੈਸੇ ਇਹਨਾਂ ਨੇ ਲਾਏ ਸੀ ਪਰਿਵਾਰ ਨੇ, ਜੋ ਐਫ ਆਈ ਆਰ ਦਰਜ ਹੋਈ ਆ ਉਹਦੇ ਮੁਤਾਬਕ ਜਿਹੜਾ ਮਦਈ ਮੁਕੱਦਮਾ ਇਹਨਾਂ ਨੇ ਖਰਚ ਕੀਤੇ ਸੀ ਪੈਸੇ ਸੀ, ਹੁਣ ਤਫਤੀਸ਼ 'ਚ ਅੱਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ। ਕਿੰਨੇ ਪੈਸਿਆਂ ਦਾ ਸੀਗਾ ਇਹ ਟੋਟਲ? ਸੀਗਾ ਜੀ 21,67,000 ਰੁਪਏ ਸਮਥਿੰਗ ਇਹਨਾਂ ਨੇ ਰਕਮ ਖਰਚੀ ਸੀ। ਅਸੀਂ ਮੁਰਜ਼ਮਾਂ ਨੂੰ ਨੋਟਿਸ ਹੈਗਾ ਜਿਹੜਾ ਤਲਬੀ ਦਿੱਤਾ ਹੈਗਾ, ਉਸ ਤੋਂ ਬਾਅਦ 'ਚ ਅਗਰ ਆਉਣਗੇ ਤਾਂ ਸ਼ਾਮਲ ਪੜਤਾਲ ਕਰਾਂਗੇ, ਨਾ ਆਏ ਤਾਂ ਫਿਰ ਅਗਲੀ ਤਫਤੀਸ਼ ਸ਼ਾਮਲ ਜਾਵਾਂਗੇ।